ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਰਾਹੀਂ ਮੈਂ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੌਜੂਦਾ MP ਨੇ ਸੰਗਰੂਰ ਤੋਂ ਵੀਰ ਭਗਵੰਤ ਮਾਨ ਹੁਣਾਂ ਨੂੰ ਇਹ ਇੱਕ ਦੋ ਸਵਾਲ ਕਰਨ ਜਾ ਰਿਹਾ ਅਤੇ ਉਹਨਾਂ ਦੀ ਬੇਈਮਾਨੀ ਸੰਗਤ ਸਾਹਮਣੇ ਰੱਖਣ ਲੱਗਿਆ ਕਿ ਕਿਵੇਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਇਹ ਲੋਕ ਗਦਾਰੀਆਂ ਕਰ ਰਹੇ ਨੇ, ਜਿਵੇਂ ਬਾਕੀ ਪਾਰਟੀਆਂ ਦੇ ਲੀਡਰ ਕਰਦੇ ਨੇ ਉਵੇਂ ਜ਼ਿਕਰ ਹੀ ਇਹ ਭਗਵੰਤ ਮਾਨ ਹੁਣਾਂ ਨੇ ਕੀਤਾ। ਸੋ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਜਿਹੜੇ ਮੈਂ ਸਵਾਲ ਚੁੱਕਾਂਗਾ, ਅਤੇ ਖਾਸ ਤੌਰ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਬੇਨਤੀ ਹੈ, ਦਲੀਲ ਨਾਲ ਤੁਸੀਂ ਇਹਨਾਂ ਗੱਲਾਂ ਦੇ ਜਵਾਬ ਦਿਓ ਅਤੇ ਆਪਣੇ ਲੀਡਰਾਂ ਤੋਂ ਜਵਾਬ ਮੰਗਿਓ। ਇਹ ਨਾ ਹੋਵੇ ਕਿ ਕਿਉਂਕਿ ਜਿਵੇਂ ਮੋਦੀ ਭਗਤ ਆ, ਜੇ ਕੋਈ ਮੋਦੀ 'ਤੇ ਸਵਾਲ ਕਰਦਾ ਅਤੇ ਉਹਨਾਂ ਦੇ ਭਗਤ ਆ ਜਿਹੜੇ ਉਹ ਪੂਛ ਨੂੰ ਅੱਗ ਲਵਾ ਲੈਂਦੇ ਆ, ਦਿਮਾਗ 'ਚ ਗੋਬਰ ਭਰਿਆ ਹੋਣ ਕਰਕੇ ਆਲਪਤਾਲ ਬੋਲਣ ਲੱਗ ਜਾਂਦੇ ਆ, ਇਵੇਂ ਕਿਤੇ ਤੁਸੀਂ ਆਮ ਆਦਮੀ ਪਾਰਟੀ ਵਾਲੇ ਵੀ ਚੀਕਾਂ ਮਾਰੋਗੇ, ਜਿਹੜੀਆਂ ਭੇਡਾਂ ਹੋਈਆਂ, ਜਿਹੜੇ ਸਿਆਣੇ ਸੁਹਿਰਦ ਹੋਏ ਉਹ ਭਗਵੰਤ ਮਾਨ ਤੋਂ ਜਵਾਬ ਮੰਗਣਗੇ। ਹੁਣ ਮਸਲਾ ਕੀ ਆ ਵੀ ਐਡਾ ਵੱਡਾ ਅੰਦੋਲਨ ਆ ਜਿਹੜਾ ਪੂਰੇ ਭਾਰਤ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ, ਜਿਹੜੇ 3 ਕਾਲੇ ਕਾਨੂੰਨ ਆ ਜਿਹੜੇ ਮੋਦੀ ਕਹਿੰਦੇ ਬਣਾਏ ਆ, ਉਹਨਾਂ ਨੂੰ ਰੱਦ ਕਰਾਉਣ ਦੇ ਲਈ ਲੜਾਈ ਲੜੀ ਜਾ ਰਹੀ ਆ, ਅਤੇ ਰਾਜਨੀਤਿਕ ਪਾਰਟੀਆਂ ਵੀ ਗਾਹੇ ਵਗਾਹੇ ਇਹ ਕਹਿੰਦੀਆਂ ਕਿ 3 ਖੇਤੀ ਕਾਨੂੰਨ ਆ ਜਿਹੜੇ ਖਤਰਨਾਕ ਆ। ਪਰ ਹੁਣ ਹੋਇਆ ਕੀ ਹੈ ਵੀ ਜਿਹੜੀ ਭਾਜਪਾ ਨੇ ਇੱਕ ਕਮੇਟੀ ਬਣਾਈ ਆ, ਸੰਸਦੀ ਕਮੇਟੀ ਆ ਜਿਹੜੀ, ਜਿਹਦੇ ਵਿੱਚ ਸਾਰੇ ਸੰਸਦ ਸ਼ਾਮਲ ਨੇ ਵੱਖ ਵੱਖ ਪਾਰਟੀਆਂ ਦੇ, ਉਹ ਜਿਹੜੀ ਸੰਸਦ ਕਮੇਟੀ ਆ ਉਹਨੇ ਰਿਪੋਰਟ ਦਿੱਤੀ ਆ ਵੀ ਇਹਨਾਂ 3 ਬਿੱਲਾਂ 'ਚੋਂ ਜਿਹੜਾ ਸਭ ਤੋਂ ਜਿਹੜਾ ਸਿੱਧਾ ਕਾਰਪੋਰੇਟ ਨਾਲ ਜੁੜਿਆ ਹੋਇਆ ਬਿੱਲ ਆ, ਜ਼ਰੂਰੀ ਵਸਤਾਂ ਦਾ ਸੋਧ ਬਿੱਲ, ਸੈਸ਼ਨ ਕਮੋਡਿਟੀ ਐਕਟ ਆ ਜਿਹੜਾ, ਉਹਨੂੰ ਯਕਦਮ ਲਾਗੂ ਕਰ ਦਿੱਤਾ ਜਾਵੇ। ਉਹ ਜਿਹੜੀ ਕਮੇਟੀ ਬਣਾਈ ਸੀ ਉਹਦਾ ਪਹਿਲਾਂ ਜਿਹੜਾ ਚੇਅਰਮੈਨ ਸੀਗਾ ਉਹ ਸੁਧੀਰ ਨਾਂ ਦਾ ਸੀਗਾ, ਵੀਰ ਸੁਦੀਪ ਬੰਗਾਲ ਦਾ MP ਆ, ਅਤੇ ਉਹ ਸੀਗਾ, ਉਹਨੇ ਜਦੋਂ ਇਹ ਸੰਸਦੀ ਕਮੇਟੀ ਬਣਾਈ ਸਿਫਾਰਸ਼ ਕਰਨ ਲਈ ਵੀ ਬਿੱਲ ਲਾਗੂ ਕਰੋ, ਅਤੇ ਉਸ ਵੀਰ ਨੇ ਬੰਗਾਲ ਵਾਲੇ MP ਨੇ ਸਵਾਲ ਚੁੱਕਿਆ, ਕਹਿੰਦਾ ਵੀ ਇਹਦੀਆਂ ਜਿਹੜੀਆਂ ਸਿਫਾਰਸ਼ਾਂ ਕਰਨੀਆਂ ਨੇ ਪਹਿਲਾਂ ਕਿਸਾਨਾਂ ਨੂੰ ਜਿਹਨਾਂ ਨਾਲ ਸਿੱਧਾ ਸੰਬੰਧਤ ਆ ਖਪਤਕਾਰ ਉਹਨਾਂ ਨੂੰ ਵਿਸ਼ਵਾਸ 'ਚ ਲੈਣਾ ਪਏਗਾ, ਉਹਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਉਹਨਾਂ ਦਾ ਪੱਖ ਲੈਣਾ ਜ਼ਰੂਰੀ ਆ। ਭਾਜਪਾ ਨੂੰ ਲੱਗਿਆ ਵੀ ਇਹ ਜਿਹੜਾ ਚੇਅਰਮੈਨ ਆ ਇਹ ਸਾਡੀਆਂ ਜੜ੍ਹਾਂ 'ਚ ਬੈਠੂਗਾ ਬੰਗਾਲ ਵਾਲਾ। ਹੁਣ ਜਦੋਂ ਬੰਗਾਲ ਦੇ ਵਿੱਚ ਚੋਣਾਂ ਆ ਗਈਆਂ ਅਤੇ ਉਹ ਬੰਗਾਲ ਦੇ ਵਿੱਚ ਚੋਣਾਂ 'ਚ ਬਿਜੀ ਸੀ, ਤਾਂ ਭਾਜਪਾ ਨੇ ਯਕਦਮ ਆਪਦਾ ਬੰਦਾ ਉਸ ਬੰਗਾਲ ਵਾਲੇ MP ਸੁਦੀਪ ਦੀ ਥਾਂ 'ਤੇ ਅਜੇ ਮਿਸ਼ਰਾ ਜਿਹੜਾ ਭਾਜਪਾ ਦਾ ਬੰਦਾ ਹੈਗਾ, ਭਾਜਪਾ ਦਾ MP ਆ, ਉਹਨੂੰ ਇਸ ਕਮੇਟੀ ਦਾ ਚੇਅਰਮੈਨ ਬਣਾਤਾ, ਅਤੇ ਇਸ ਕਮੇਟੀ ਦਾ ਚੇਅਰਮੈਨ ਬਣਾ ਕੇ ਇਹ 3 ਕਾਲੇ ਕਾਨੂੰਨਾਂ ਵਿੱਚੋਂ ਜਿਹੜਾ ਸੈਸ਼ਨ ਕਮੋਡਿਟੀ ਐਕਟ ਆ ਇਹ ਲਾਗੂ ਕਰਨ ਦੀਆਂ ਸਿਫਾਰਸ਼ਾਂ ਕਰਤੀਆਂ, ਅਤੇ ਇਸ ਕਮੇਟੀ ਦੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਭਗਵੰਤ ਮਾਨ ਵੀ ਸ਼ਾਮਲ ਸੀ। ਹੁਣ ਇਹਦੀਆਂ ਮੀਟਿੰਗਾਂ ਕੋਈ 1-2 ਸਾਲ ਪਹਿਲਾਂ ਨਹੀਂ ਹੋਈਆਂ, ਇਹਦੀਆਂ ਮੀਟਿੰਗਾਂ ਐਸੇ 16 ਮਾਰਚ ਨੂੰ ਹੋਈਆਂ, ਅਜੇ ਮਿਸ਼ਰਾ ਦੀ ਅਗਵਾਈ ਹੇਠ ਭਾਜਪਾ ਦਾ ਜਿਹੜਾ MP ਆ ਉਹਦੀ ਅਗਵਾਈ ਹੇਠ 16 ਮਾਰਚ ਨੂੰ ਮੀਟਿੰਗ ਹੋਈ ਆ, 18 ਮਾਰਚ ਨੂੰ ਮੀਟਿੰਗ ਹੋਈ ਆ, ਅਤੇ 20 ਮਾਰਚ ਨੂੰ ਇਹਦੀ ਜਿਹੜੀ ਆ ਸਿਫਾਰਸ਼ ਕਰ ਦਿੱਤੀ ਗਈ ਆ ਸੰਸਦੀ ਕਮੇਟੀ ਵੱਲੋਂ ਕਿ ਸਟੈਂਡਿੰਗ ਕਮੇਟੀ ਵੱਲੋਂ ਕਿ ਇਹ ਬਿੱਲ ਆ ਜਿਹੜਾ ਲਾਗੂ ਕਰ ਦਿੱਤਾ ਜਾਵੇ ਅਤੇ ਲੋਕਾਂ ਦੀਆਂ ਜੜ੍ਹਾਂ ਵੱਢ ਦਿੱਤੀਆਂ ਜਾਣ। ਹੁਣ ਮੈਂ ਬੇਨਤੀ ਜਿਹੜੀ ਕਰਨ ਜਾ ਰਿਹਾ, ਮੈਂ ਸਵਾਲ ਜਿਹੜਾ ਕਰਨ ਜਾ ਰਿਹਾ, ਭਗਵੰਤ ਮਾਨ ਵੀ ਉੱਥੇ 16 ਨੂੰ ਸ਼ਾਮਲ ਆ, ਵੀ ਜਦੋਂ ਕਿਹਾ ਜਾ ਰਿਹਾ ਬਿੱਲ ਸ਼ਾਮਲ ਕਰੋ ਉਹਨਾਂ ਨੇ ਵੀ ਹਾਮੀ ਭਰੀ ਆ, 18 ਨੂੰ ਵੀ ਭਗਵੰਤ ਮਾਨ ਸ਼ਾਮਲ ਆ, 20 ਤਰੀਕ ਨੂੰ ਇਹਦੀਆਂ ਜਿਹੜੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਜਿਹੜੀ ਅੱਗੇ ਭੇਜ ਦਿੱਤੀ ਜਾਂਦੀ ਆ। ਕਾਂਗਰਸ ਦਾ MP ਵੀ ਸ਼ਾਮਲ ਸੀ, ਪਰ ਜੋ ਰਿਪੋਰਟਾਂ ਆਈਆਂ ਨੇ ਕਾਂਗਰਸ ਦੇ MP ਨੇ ਯਕਦਮ ਲੈਟਰ ਲਿਖਿਆ, ਚਿੱਠੀ ਲਿਖੀ ਆ, ਉਹਨਾਂ ਨੇ ਕਿਹਾ ਸਪੀਕਰ ਨੂੰ ਕਿ ਇਹ ਜਿਹੜਾ ਇਹ ਆ ਇਹ 'ਤੇ ਮੈਂ ਸਹਿਮਤ ਨਹੀਂ ਹੈਗਾ, ਲੈਟਰ ਲਿਖਿਆ ਉਹਨਾਂ ਨੇ, ਇਹ ਔਨ ਰਿਕਾਰਡ ਆ ਗੱਲਾਂ ਇਹ, ਅਤੇ ਨਾਲ ਉਹਨਾਂ ਨੇ ਕਿਹਾ ਵੀ ਮੈਨੂੰ ਸਿਰਫ 15 ਘੰਟੇ ਪਹਿਲਾਂ ਮੈਸੇਜ ਦਿੱਤਾ ਵੀ ਮੀਟਿੰਗ ਦੇ ਵਿੱਚ ਪਹੁੰਚੋ, ਵੀ ਇਹ ਸ਼ਰੇਆਮ ਧੱਕਾ ਸੰਵਿਧਾਨ ਦੀਆਂ ਕਾਨੂੰਨ ਦੀਆਂ ਮਰਿਆਦਾਵਾਂ ਦੀਆਂ ਧੱਜੀਆਂ ਉਡਾ ਕੇ ਜਿਹੜਾ ਇਹ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ। ਪਰ ਭਗਵੰਤ ਮਾਨ ਹੁਣਾਂ ਦਾ ਤੁਸੀਂ ਪੇਜ ਚੈੱਕ ਕਰ ਲਓ, ਭਗਵੰਤ ਆਮ ਆਦਮੀ ਪਾਰਟੀ ਦਾ ਪੇਜ ਚੈੱਕ ਕਰ ਲਓ, ਉਹਨਾਂ ਨੇ ਕਦੇ ਕਿਤੇ ਵੀ, ਹੁਣ 16 ਤਰੀਕ ਦੀ ਗੱਲ ਚੱਲੀ ਹੋਈ ਆ, ਮੈਂ ਇਹ ਬੇਨਤੀ ਤਾਂ ਕਰ ਰਿਹਾ ਜਦੋਂ 2017 ਦੇ ਵਿੱਚ ਆ 3 ਕਾਨੂੰਨ ਬਣਾਉਣ ਦੀਆਂ ਕਮੇਟੀਆਂ ਬਣੀਆਂ ਨੇ, ਉਦੋਂ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਅਤੇ ਸਟੇਟਾਂ ਦੇ ਜਿਹੜੇ ਸੀਗੇ ਖਜ਼ਾਨਾ ਮੰਤਰੀ ਵੀ ਬੁਲਾਏ ਗਏ। ਆਮ ਆਦਮੀ ਪਾਰਟੀ ਨੇ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਚੁੱਕਿਆ ਸੀ, ਚੁੱਕਣਾ ਵੀ ਚਾਹੀਦਾ ਵੀ ਚੁੱਕਿਆ ਸੀ ਕਿ ਭਾਈ ਜਦੋਂ ਇਹ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਜਾਂ ਜਦੋਂ ਇਹ ਬੁਲਾਏ ਗਏ, ਦੂਜੇ ਮਨਪ੍ਰੀਤ ਬਾਦਲ ਹੁਣੇ ਬੁਲਾਏ ਗਏ, ਅਤੇ ਮਨਪ੍ਰੀਤ ਬਾਦਲ ਨੇ ਆ ਕੇ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਦੱਸਿਆ ਕਿ ਭਾਈ ਇੱਥੇ ਇਹ ਬਿੱਲ ਬਣ ਰਹੇ ਆ ਅਤੇ ਆਪਣਾ ਨੁਕਸਾਨ ਹੋਏਗਾ। ਹਰਸਿਮਰਤ ਕੌਰ ਬਾਦਲ 'ਤੇ ਸਵਾਲ ਚੁੱਕੇ ਗਏ, ਚੁੱਕਣੇ ਜਾਇਜ਼ ਨੇ, ਕਿ ਜਦੋਂ ਤੁਸੀਂ ਸਰਕਾਰ ਵਿੱਚ ਬੈਠੇ ਸੀ, ਜਦੋਂ ਆਰਡੀਨੈਂਸ ਲੈ ਕੇ ਆ ਰਹੇ ਸੀ, ਉਦੋਂ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ? ਇਹ ਬਿਲਕੁਲ ਗੱਲਾਂ ਜਾਇਜ਼ ਨੇ। ਮਨਪ੍ਰੀਤ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਆ ਕੇ ਨਹੀਂ ਦੱਸਿਆ ਆਮ ਆਦਮੀ ਪਾਰਟੀ ਸਵਾਲ ਚੁੱਕਦੀ ਆ। ਹਰਸਿਮਰਤ ਕੌਰ ਬਾਦਲ ਨੇ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ, ਆਮ ਆਦਮੀ ਪਾਰਟੀ ਸਵਾਲ ਚੁੱਕਦੀ ਹੈ, ਜਾਇਜ਼ ਆ। ਪਰ ਕੀ ਭਗਵੰਤ ਮਾਨ ਜੀ ਤੁਸੀਂ ਦੱਸੋ, ਭਗਵੰਤ ਮਾਨ ਜੀ ਤੁਸੀਂ ਦੱਸੋ, 16 ਤਰੀਕ ਨੂੰ ਮੀਟਿੰਗ ਵਿੱਚ ਸ਼ਾਮਲ ਸੀ, 16 ਮਾਰਚ 2021 ਨੂੰ ਜਦੋਂ ਤੁਸੀਂ ਪੰਜਾਬ ਦੇ ਕਿਸਾਨ, ਪੂਰੇ ਭਾਰਤ ਦੇ ਕਿਸਾਨ ਮਜ਼ਦੂਰਾਂ ਅਤੇ ਖਪਤਕਾਰਾਂ ਦੀਆਂ ਜੜ੍ਹਾਂ ਵੱਢ ਰਹੇ ਸੀਗੇ, ਤੁਸੀਂ ਦੱਸਿਆ 16 ਤਰੀਕ ਨੂੰ ਵੀ ਆਹ ਅੱਗ ਲਾ ਰਹੇ ਆ?
18 मार्च में फिर मीटिंग जाके बह गए दस्या 20 मार्च में लागू कर दी कि स्टेटमेंट है तुहाडी कल तुसी बागे पुराने 4 मिनट 56 सेकंड बोले हो तुसी बागे पुराने में तुहाडी सारी स्पीच सुनी आ उस स्पीच दे विच इह जिहड़ी तुसी कड़ी कोली दा जिक्र किया दसो हुण इह किड्डा वड्डा धोखा किया जा रहा भगवंत मान जी तुहाडे तों उम्मीद नहीं सीगी तुसी रौला क्यों नहीं पाया जे कांग्रेस पार्टी दा संसद स्पीकर नूं लैटर लिखदा है कि असी विरोध विच आ धक्का किया जा रहा ते तुहाडे क्यों तंदुआ पै गया आम आदमी पार्टी का पूरा भगवंत मान जी तुहाडा पेज खोल के वेख्या 16 तरीक नूं क्यों नहीं स्टेटमेंट दित्ती भी भाई मैं नहीं शामिल वाकआउट क्यों नहीं करिया 18 मार्च नूं क्यों नहीं वाकआउट करिया 20 तरीक नूं इह लागू कर दित्ती गई आ असल दे विच किते ना किते इह सारे कारपोरेट ढांचे दे तोते आ हुण आम आदमी पार्टी वाले जवाब दिओ एक पासे तुसीं किसानां दे हक च रैलियां कर रहे हो दूजे पासे जिहड़े किसान मजदूर व्यापारी इन्हां बिलां दे खिलाफ लड़ रहे आ ते जिहड़ा जखीरेबाजी करन वाला बिल आ जिहड़ा खपतकारां ते सिद्धा प्रभाव पएगा लोक जिहड़े रगड़े जाणे आ जिहड़े इस बिल दे नाल उहनूं तुसीं लागू करन दी सिफारिशां कर रहे हो किड्डी वड्डी गलती कीती भगवंत मान जी तुहाडी इन्हां इस कमेटी दा इन्हां ने मोढा वरत के जिहड़ी सुप्रीम कोर्ट ने 3 मैंबरी कमेटी बनाई आ ਉਹ ਕਮੇਟੀ ਆ ਤੁਹਾਡਾ ਇੱਕ ਪੱਖ ਸੁਪਰੀਮ ਕੋਰਟ 'ਚ ਪੇਸ਼ ਕਰੇਗੀ ਵੀ ਆਹ ਦੇਖੋ ਸੰਸਦੀ ਕਮੇਟੀ ਹੈ ਜਿਹੜੀ ਜਿਹ 'ਚ ਸਾਰੀ ਪਾਰਟੀਆਂ ਦੇ MP ਸ਼ਾਮਲ ਨੇ ਉਹਨਾਂ ਨੇ ਕਹਿ ਦਿੱਤਾ ਵੀ ਆਹ ਸੈਸ਼ਨ ਕਮੋਡਿਟੀ ਬਿੱਲ ਆ ਜਿਹੜਾ ਬਿਲਕੁਲ ਸਹੀ ਹੈ ਇਹਨੂੰ ਪਾਸ ਕਰ ਦਿਓ ਜਦੋਂ ਇੱਕ ਪਾਸ ਹੋ ਗਿਆ ਤਾਂ ਬਾਕੀਆਂ ਲਈ ਰਾਹ ਖੁੱਲ੍ਹ ਜੂਗਾ ਹੁਣ ਤੁਸੀਂ ਬਹੁਤ ਵੱਡਾ ਐਵੀਡੈਂਸ ਦੇਤਾ ਤੁਸੀਂ ਆਪਣੇ ਹੱਥ ਵਧਾ ਲਏ ਹੁਣ ਜੇ ਤੁਸੀਂ ਸਹੀ ਹੁੰਦੇ ਸੱਚੇ ਹੁੰਦੇ ਕੱਲ੍ਹ ਉੱਥੇ ਗੱਜ ਕੇ ਬੋਲਦੇ ਭਾਈ ਮੇਰੇ 'ਤੇ ਬਲੇਮ ਲੱਗ ਰਿਹਾ ਮੈਂ ਉੱਥੇ ਨਹੀਂ ਹਾਮੀ ਭਰੀ ਜੇ ਤੁਸੀਂ ਹਾਮੀ ਨਾ ਭਰਦੇ ਤਾਂ 16 ਤਰੀਕ ਨੂੰ ਹੀ ਬੋਲਦੇ ਜੇ ਮਨਪ੍ਰੀਤ ਬਾਦਲ ਤੇ ਤੁਸੀਂ ਸਵਾਲ ਚੁੱਕਦੇ ਹੋ ਕਿ ਜੋ ਮੀਟਿੰਗ 'ਚ ਜਾ ਕੇ ਜਦੋਂ ਵਾਪਸ ਆ ਗਿਆ ਸੀ ਉਦੋਂ ਕਿਉਂ ਨਹੀਂ ਪੰਜਾਬ ਦੇ ਲੋਕਾਂ ਨੂੰ ਦੱਸਿਆ ਤੇ ਭਗਵੰਤ ਮਾਨ ਜੀ ਤੁਹਾਡੇ ਤੇ ਸਵਾਲ ਆ 16 ਤਰੀਕ ਨੂੰ ਤੁਸੀਂ ਮੀਟਿੰਗ 'ਚੋਂ ਬਾਹਰ ਆ ਕੇ ਕਿਉਂ ਨਹੀਂ ਦੱਸਿਆ ਪੰਜਾਬ ਦੇ ਲੋਕਾਂ ਨੂੰ 16 ਨੂੰ ਨਹੀਂ ਦੱਸ ਕੇ 18 ਨੂੰ ਦੱਸ ਦਿੰਦੇ 19 ਨੂੰ ਦੱਸ ਦਿੰਦੇ 19 ਨੂੰ ਨਹੀਂ ਤਾਂ ਕੱਲ੍ਹ 21 ਨੂੰ ਬੋਲਦੇ ਉੱਥੇ ਅਸਲ ਦੇ ਵਿੱਚ ਸਾਰੀਆਂ ਪਾਰਟੀਆਂ ਜਿਵੇਂ ਬਾਕੀ ਕਰਦੀਆਂ ਹੁਣ ਭਗਵੰਤ ਮਾਨ ਹੁਣਾਂ ਤੇ ਦੁੱਖ ਕਿਸ ਗੱਲ ਦਾ ਉਹ ਜਿਵੇਂ ਆਪਾਂ ਮਨਸੂਰ ਦੇ ਮਾਰੇ ਸੀ ਨਾ ਲੋਕ ਪੱਥਰ ਮਾਰ ਰਹੇ ਸੀ ਮਨਸੂਰ ਝੱਲੀ ਗਿਆ ਲੋਕਾਂ ਨੇ ਇੱਟਾਂ ਮਾਰੇ ਰੋੜੇ ਮਾਰੇ ਪਰ ਉਹਦੇ ਯਾਰ ਜਦੋਂ ਸ਼ਿਬਲੀ ਨੇ ਫੁੱਲ ਮਾਰਿਆ ਨਾ ਤੇ ਮਨਸੂਰ ਰੋਣ ਲੱਗ ਗਿਆ ਤੇ ਮਨਸੂਰ ਸ਼ਿਬਲੀ ਪੁੱਛਦਾ ਵੀ ਕਮਾਲ ਹੈ ਬਾਕੀਆਂ ਦੇ ਇੱਟਾਂ ਰੋੜੇ ਤੂੰ ਜਰ ਗਿਆ ਮੈਂ ਤਾਂ ਫੁੱਲ ਹੀ ਮਾਰਿਆ ਜਿਹਦੇ 'ਚ ਪੀੜੀ ਨਹੀਂ ਹੋਈ ਤੂੰ ਰੋਣਾ ਕਿਉਂ ਆ ਤੇ ਮਨਸੂਰ ਨੇ ਕਿਹਾ ਸੀ ਵੀ ਲੋਕਾਂ ਦੇ ਪੱਥਰਾਂ ਨਾਲੋਂ ਮਿੱਤਰਾ ਤੇਰੇ ਮਾਰੇ ਹੋਏ ਫੁੱਲ ਦਾ ਜ਼ਿਆਦੇ ਦਰਦ ਆ ਸਾਡੇ ਨਾਲ ਬਾਕੀਆਂ ਪਾਰਟੀਆਂ ਨੇ ਤਾਂ ਪੰਜਾਬ ਦੇ ਲੋਕਾਂ ਨਾਲ ਭਾਰਤ ਦੇ ਲੋਕਾਂ ਨਾਲ ਗਦਾਰੀਆਂ ਕੀਤੀਆਂ ਉਹ ਤਾਂ ਲੋਕ ਜਰੀ ਜਾਂਦੇ ਪਰ ਜਿਨ੍ਹਾਂ ਦੇ ਉਮੀਦ ਕਰਦੇ ਵੀ ਤੀਜਾ ਬਦਲ ਦਿਓਗੇ ਤੁਸੀਂ ਲੋਕਾਂ ਦੇ ਹੱਕ 'ਚ ਖੜੋਗੇ ਤੁਸੀਂ ਵੀ ਉਹੀ ਕੜੀ ਘੋਲਣ ਲੱਗੇ ਤੁਸੀਂ ਵੀ ਉਹੀ ਕਰਤੂਤਾਂ ਕਰਨ ਲੱਗੇ ਇਸ ਗੱਲ ਦਾ ਦੁੱਖ ਹੈ ਲੋਕ ਉਮੀਦਾਂ ਕੀ ਰੱਖੀ ਬੈਠੇ ਤੇ ਤੁਸੀਂ ਫਿਰ ਜਾ ਕੇ ਮੋਦੀ ਦੀ ਬੁੱਕਲ 'ਚ ਬਹਿ ਗਏ ਫਿਰ ਮੋਦੀ ਤੇ ਕੇਜਰੀਵਾਲ ਦੀ ਸੋਚ ਤੇ ਭਗਵੰਤ ਮਾਨ ਜੀ ਤੁਹਾਡੀ ਸੋਚ ਵਿੱਚ ਕੀ ਫਰਕ ਆ ਇਸ ਲਈ ਇਹ ਬਹੁਤ ਵੱਡੀ ਜਿਹੜੀ ਗੱਲ ਆ ਬੜੀ ਖਤਰਨਾਕ ਗੱਲ ਆ ਜਿਹੜੀ ਇਹਨਾਂ ਲੋਕਾਂ ਨੇ ਕੀਤੀ ਆ ਸੋ ਆਪਾਂ ਨੂੰ ਇਹਦੇ ਮਤਲਬ ਕਹਿ ਲਓ ਵੀ ਵਿਚਾਰ ਕਰਨੀ ਪਊਗੀ ਸਵਾਲ ਸਾਨੂੰ ਕਰਨੇ ਪੈਣਗੇ ਭਗਵੰਤ ਮਾਨ ਜੀ ਇਹਨਾਂ ਗੱਲਾਂ ਦਾ ਜਵਾਬ ਦਿਓ ਤੁਹਾਡੀ ਇਹ ਗਦਾਰੀ ਤੁਹਾਡਾ ਵੀ ਇਤਿਹਾਸ ਵਿੱਚ ਕਹਿ ਲਓ ਵੀ ਮੋਦੀ ਭਗਤਾਂ ਵਿੱਚ ਹੀ ਨਾਮ ਲਿਖਿਆ ਜਾਣਾ 16-18 ਮਾਰਚ ਨੂੰ 2021 ਨੂੰ ਤੁਸੀਂ ਇਹਦੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋ ਹਾਮੀਆਂ ਭਰਦੇ ਹੋ ਤੇ ਜੇ ਕਾਂਗਰਸ ਦਾ MP ਸੰਸਦ ਕੋਲੇ ਲਿਖ ਕੇ ਦੇ ਸਕਦਾ ਸਪੀਕਰ ਨੂੰ ਲਿਖ ਕੇ ਦੇ ਸਕਦਾ ਵਿਰੋਧ ਕਰ ਸਕਦਾ ਤੇ ਜੇ ਜਿਹੜਾ TMC ਦਾ ਸੰਸਦ ਆ ਜਿਹੜਾ ਚੇਅਰਮੈਨ ਵੀ ਸੀਗਾ ਉਹ ਵਿਰੋਧ ਕਰ ਸਕਦਾ ਤੇ ਫਿਰ ਤੁਹਾਡੀ ਜੀਵ ਨੂੰ ਕਿਉਂ ਤੰਦੂਆ ਪੈ ਗਿਆ ਆਪਣਾ ਪੇਜ ਖੋਲ੍ਹ ਕੇ ਵੇਖ ਲਓ ਤੁਹਾਡੀ ਕੋਈ ਅਖਬਾਰ ਦੀ ਸਟੇਟਮੈਂਟ ਦਿਖਾ ਦਿਓ ਤੁਸੀਂ ਕੱਲ੍ਹ ਬਾਗੇ ਪੁਰਾਣੇ ਵੀ ਨਹੀਂ ਬੋਲੇ 4 ਮਿੰਟ 50 ਸਕਿੰਟ ਦੀ ਤੁਹਾਡੀ ਮੈਂ ਸੁਣੀ ਆ ਇਸ ਲਈ ਪੰਜਾਬ ਦੇ ਲੋਕੋ ਸੁਚੇਤ ਹੋਵੋ ਇਹਨਾਂ ਤੋਂ ਬਚ ਗਏ ਆਪਾਂ ਐਂ ਸਾਡੇ ਨਾਲ ਗਦਾਰੀਆਂ ਕਰਦੇ ਆ ਇਹ ਭਗਵੰਤ ਮਾਨ ਜੀ ਜ਼ਰੂਰ ਜਵਾਬ ਦਿਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਦਲੀਲ ਨਾਲ ਜੇ ਕੋਈ ਗੱਲ ਹੋਈ ਤਾਂ ਜਵਾਬ ਦਿਓ ਰਹਿਮਤ ਰੱਖੇ ਸਿਆਣੇ ਹੋਈਏ ਜੇ ਦਿਮਾਗ 'ਚ ਗੋਹੀ ਭਰਿਆ ਫਿਰ ਮਾਰੀ ਚੱਲੋ ਚੀਕਾਂ ਪਹਿਲਾਂ ਵੀ ਧੱਕੇ ਖਾਂਦੇ ਆ ਹੁਣ ਧੱਕੇ ਖਾ ਲਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਉਮੀਦ ਕਰਦੇ ਹਾਂ ਕਿ ਕਿਰਤੀਆਂ ਦੀ ਜਿੱਤ ਹੋਵੇ ਲੋਟੂਆਂ ਤੋਂ ਬਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ